ਹੁਸ਼ਿਆਰਪੁਰ ਦੇ ਕਸਬਾ ਚੱਬੇਪਾਲ ਦੇ ਨੇੜੇ ਪਿੰਡ ਬੱਸੀ ਵਿੱਚ ਇੱਕ ਨੌਜਵਾਨ ਉੱਤੇ ਕੁਝ ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪਰਿਵਾਰ ਵਾਲਿਆਂ ਮੁਤਾਬਕ ਨੌਜਵਾਨ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿੱਚ ਭਰਤੀ ਕਰਵਾਇਆ ਗਿਆ। ਨੌਜਵਾਨ ਦੇ ਸਿਰ, ਪੈਰ ਅਤੇ ਲੱਤਾਂ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਦੀ ਉਮਰ 30 ਸਾਲ ਦੱਸੀ ਜਾਂਦੀ ਹੈ ਅਤੇ ਉਹ ਬੱਸੀ ਕਲਾਂ ਦਾ ਰਹਿਣ ਵਾਲਾ ਹੈ। ਬੰਦਾ ਇੱਥੋਂ ਦੀ ਗੋਲੀ ਲੱਗੀ ਆ ਅਤੇ ਸਿਵਲ ਹਸਪਤਾਲ ਪੁੱਜੋ। ਮੈਂ ਸਿਵਲ ਹਸਪਤਾਲ ਦੇ ਆਇਆ ਇੱਥੇ ਛਾਪੇ ਜੀ, ਅਤੇ ਉੱਥੇ ਆ ਕੇ ਦੇਖਿਆ ਜੀ ਮੁੰਡਾ ਜਿਹੜਾ ਜਲਦੀ ਹਾਲ ਦੇ ਵਿੱਚ ਗਿਆ ਅਤੇ ਗੋਲੀ ਲੱਗੀ ਆ। ਬਾਕੀ ਜੋ ਬਿਆਨਾਂ ਦੇ ਆਧਾਰ 'ਤੇ ਬੰਦੇ ਹਾਲੇ ਤੱਕ ਮੁੰਡਾ ਕੌਨਸ਼ੀਅਸ ਆ, ਕੋਈ ਬਿਆਨ ਦਿੱਤੇ ਉਹਨੇ? ਕਿੱਥੇ ਦਾ ਰਹਿਣ ਵਾਲਾ ਹੈ? ਬਸੀ ਕਲਾਂ। ਇਹ ਘਟਨਾ ਹੋਈ ਹੈ ਕਿੱਥੇ ਹੋਈ ਹੈ? ਬਸੀ ਕਲਾਂ ਹੀ ਦੱਸਦੇ ਜੀ, ਮੈਨੂੰ ਵੀ ਅਜੇ ਤੱਕ ਨਹੀਂ ਦਿੱਤਾ। ਬਸੀ ਕਲਾਂ ਦੱਸਦੇ ਆ, ਜਿਹੜੇ ਮੌਕੇ 'ਤੇ ਆਈ ਹੋ ਗਿਆ ਵਾਪਸ। ਤੁਸੀਂ ਕਿਹੜੇ ਥਾਣੇ ਤੋਂ? ਹਾਂ, ਥਾਣੇ 'ਚ। ਦਰਸ਼ਨ ਜੀ, ਕੀ ਹੋਇਆ ਇਹ ਵਾਕਿਆ ਕੀ ਸੀਗਾ? ਮੈਨੂੰ ਹਾਲੇ ਕਲੀਅਰ ਤਾਂ ਕੁਛ ਨਹੀਂ ਪਤਾ ਲੱਗਾ। ਮੈਂ ਜਲੰਧਰ, ਮੇਰੀ ਰਿਹਾਇਸ਼ ਆ, ਇਹ ਮੇਰੇ ਸਾਡੇ ਸਾਧੂ ਦਾ ਇਲਾਕਾ ਹੈ। ਅਤੇ ਮੈਨੂੰ ਉੱਥੇ ਟੈਲੀਫੋਨ ਗਿਆ 9 ਵਜੇ ਦੇ ਕਰੀਬ, ਅਤੇ ਇਸ ਤਰ੍ਹਾਂ ਕਰਕੇ ਉਹ ਮੁੰਡੇ ਦੇ ਉੱਤੇ ਫਾਇਰਿੰਗ ਕਰ ਦਿੱਤੀ, ਉਹਨੂੰ ਗੋਲੀਆਂ ਮਾਰ ਕੇ ਚਲੇ ਗਿਆ ਲਾਡੀ ਨੂੰ। ਅਤੇ ਇਸ ਕਰਕੇ ਤਾਂ ਮੈਂ ਉਹ ਤੋਂ ਬਾਅਦ ਹੁਣ ਇੱਥੇ ਆਇਆ ਅਤੇ ਦੇਖਿਆ ਜੀ ਹਾਲਤ ਸੀਗੀ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਵਿੱਚ। ਅਤੇ ਇਸ ਤੋਂ ਹਾਲੇ ਜ਼ਿਆਦਾ ਮੈਨੂੰ ਕੁਛ ਨਹੀਂ ਪਤਾ ਹੈਗਾ। ਪਹਿਲਾਂ ਵੀ ਕਦੀ ਇਹਦੀ ਲੜਾਈ ਝਗੜਾ ਹੋਇਆ ਸੀ ਨਾ, ਮੁੰਡਿਆਂ ਦੇ ਨਾਲ ਹੋਇਆ ਸੀ, ਅਤੇ ਪਤਾ ਨਹੀਂ ਪੁਲਿਸ ਨੇ ਕੁਛ ਰਾਜੀਨਾਮਾ ਕਰਾ ਦਿੱਤਾ ਸੀਗਾ।